26 दिसंबर 2015 तो लैके 28 दिसंबर 2015 तक शुरू होया। इस साके नूं असी कोटि कोटि प्रणाम करते हैं। मैं अपनी संस्था द ह्यूमर आइडेंटिक्राफी फ्रंट का सूबा प्रधान होने के नाते इस महान शहादत को अपना सिर नीवा करदा प्रणाम करदा। जिहड़ी कुरबानी श्री गुरु गोबिंद सिंह जी महाराज छोटे साहबजादिया ने इत्थे दित्ती इस धरती दे उत्ते उस कुरबानी नूं असीं अपना सजदा करदे हाँ, सलाम करदे हाँ, प्रणाम करदे हाँ। कोटि कोटि माता गुजर कौर जी नूं भी कोटि कोटि प्रणाम करदे हाँ। सरबत साध संगत नूं बेनती करदे हाँ कि सरबत साध संगत जी आप जिथे किते भी रहिंदे हो इन्हां नौजवानां नूं जिहड़े जिथे किते भी अपने नाल संबंधित ने सारिआं नूं चंगे पासे लओ, गुरबाणी नाल जोड़ो ਅਤੇ ਇਹ ਜਿਹੜੇ ਆ ਮਾੜੀਆਂ ਆਦਤਾਂ ਤੋਂ ਬਚਣ, ਇਸ ਤਰ੍ਹਾਂ ਦੀ ਪ੍ਰੇਰਣਾ ਸਾਨੂੰ ਦੇਣੀ ਚਾਹੀਦੀ ਹੈ। ਨੌਜਵਾਨਾਂ ਨੂੰ, ਬੱਚਿਆਂ ਨੂੰ ਨਸ਼ੇ ਪੱਤਿਆਂ ਤੋਂ ਦੂਰ ਰੱਖੋ ਕਿਉਂਕਿ ਬਾਣੀ ਦੇ ਵਿੱਚ, ਗੁਰੂ ਘਰ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਮਹੱਤਤਾ ਨਹੀਂ ਹੈ। ਤੋ ਇਸ ਲਈ ਸਾਡੇ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਕਿ ਅਗਰ ਅਸੀਂ ਇਹਨਾਂ ਸਾਰੀਆਂ ਕੁਰੀਤਾਂ ਤੋਂ, ਕੁਰੀਤਾਂ ਤੋਂ ਪਰੇ ਹਟ ਜਾਈਏ, ਸੱਚੇ ਸਿੱਖ ਬਣ ਕੇ ਗੁਰੂ ਸਾਹਿਬ ਦੇ ਆਦੇਸ਼ਾਂ ਨੂੰ ਮੰਨ ਕੇ ਚੱਲਦੇ ਚਲੇ ਜਾਈਏ, ਫਿਰ ਹੀ ਸਾਡੀ ਜਿਹੜੀ ਸੱਚੀ ਸ਼ਰਧਾਂਜਲੀ ਆ। ਜਿਹੜਾ ਭਾਖਰਪੁਰ ਦਾ ਲੰਗਰ ਲੱਗਿਆ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਹਨਾਂ ਨੂੰ ਵੀ ਅਸੀਂ ਪ੍ਰਣਾਮ ਕਰਦੇ ਹਾਂ, ਸਲਾਮ ਕਰਦੇ ਹਾਂ। ਇੱਕ ਵਾਰੀ ਫਿਰ ਕੋਟੀ ਕੋਟੀ ਪ੍ਰਣਾਮ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ। ਅੱਛਾ ਜੀ, ਹਾਂਜੀ, ਇਹ ਲੰਗਰ ਵਾਸਤੇ ਇਕੱਠਾ ਕਰਕੇ ਲਿਆਉਂਦੇ ਹਾਂ? 70-80 ਕਿਲੋਮੀਟਰ ਅਸੀਂ ਦੂਰ ਤੋਂ ਲਿਆਉਂਦੇ ਹਾਂ, ਦੁੱਧ ਇੱਥੇ ਕੋਈ ਦੁੱਧ ਸਾਨੂੰ ਮਿਲਦਾ ਨਹੀਂ। ਠੀਕ ਹੈ ਜੀ, ਅਸੀਂ ਰੋਜ਼ ਜੀਪ ਦੇ ਨਾਲ ਮੰਗਾਉਂਦੇ ਹਾਂ ਆਪਣਾ 3-4 ਕਿਲੋਮੀਟਰ ਦੁੱਧ ਜੀ। ਵਾਹ ਜੀ ਵਾਹ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।